ਚੰਡੀਗੜ੍ਹ PGI ਦੇ ਵਿੱਚ ਕਰਮਚਾਰੀਆਂ ਦੀ ਹੜਤਾਲ ਸ਼ੁਰੂ ਹੋ ਚੁੱਕੀ ਹੈ ਤਾਂ ਦੱਸਦੀਏ ਕਿ ਵੱਡੀ ਗਿਣਤੀ ਦੇ ਵਿੱਚ ਕਰਮਚਾਰੀ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਬੈਠ ਗਏ ਨੇ ਤਾਂ ਅਨਿਸ਼ਚਿਤਕਾਲ ਹੜਤਾਲ ਕਰਮਚਾਰੀਆਂ ਵੱਲੋਂ ਦੱਸੀ ਜਾ ਰਹੀ ਹੈ ਤਾਂ ਦੱਸਦੀਏ ਕਿ ਕਈ ਸਮੇਂ ਤੋਂ ਪੈਂਡਿੰਗ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਦੇ ਰਹੇ ਨੇ ਕਰਮਚਾਰੀ ਤਾਂ PGI ਪ੍ਰਸ਼ਾਸਨ ਦੇ ਉੱਤੇ ਵੱਡੇ ਇਲਜ਼ਾਮ ਵੀ ਲਗਾਏ ਨੇ ਤਾਂ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਗਾਉਂਦੇ ਆ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਅਸੀਂ ਲੰਬੀ ਸਮੇਂ ਤੋਂ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ PGI ਬਾਹਰ ਦੇ ਬਾਹਰ ਮੌਜੂਦ ਹਾਂ ਤਾਂ PGI ਦੇ ਬਾਹਰ ਲਗਾਤਾਰ ਪ੍ਰਸ਼ਾਸਨ ਦੇ ਖਿਲਾਫ਼ ਜਿਹੜੇ ਹੈ ਕਰਮਚਾਰੀ ਉਹ ਪ੍ਰਦਰਸ਼ਨ ਦੇ ਵਿੱਚ ਜੁਟੇ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਕਰਮਚਾਰੀ ਇੱਥੇ ਮੌਜੂਦ ਨੇ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਅੱਗੇ ਸਾਂਝੀਆਂ ਕਰ ਰਹੇ ਹਾਂ ਤਾਂ ਵੱਡੀ ਗਿਣਤੀ ਵਿੱਚ ਕਰਮਚਾਰੀ ਆਪਣੀ ਲੰਬਿਤ ਮੰਗਾਂ ਨੂੰ ਲੈ ਕੇ ਜਿਹੜੇ ਹੈ ਕਈ ਸਮੇਂ ਤੋਂ ਪ੍ਰਦਰਸ਼ਨ ਕਰਦੇ ਰਹੇ ਨੇ ਤਾਂ ਪਹਿਲਾਂ ਵੀ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਪ੍ਰਦਰਸ਼ਨ ਨੂੰ ਹਾਲਾਂਕਿ ਪ੍ਰਸ਼ਾਸਨ ਵੱਲੋਂ ਜੋ ਚੰਡੀਗੜ੍ਹ ਪ੍ਰਸ਼ਾਸਨ ਹੈ PGI ਦਾ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਸੀ ਕਿ ਤੁਹਾਡੀਆਂ ਪੈਂਡਿੰਗ ਜਿਹੜੀਆਂ ਮੰਗਾਂ ਨੇ ਉਹ ਮੰਨ ਲਈਆਂ ਜਾਣਗੀਆਂ ਪਰ ਕਈ ਸਮੇਂ ਤੋਂ ਜਿਹੜੀਆਂ ਹੈ ਪੈਂਡਿੰਗ ਮੰਗਾਂ ਸੀਗੀਆਂ ਉਹ ਮੰਨੀਆਂ ਨਹੀਂ ਗਈਆਂ ਜਿਸ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਜਿਹੜੇ ਹੈ ਕਰਮਚਾਰੀ PGI ਦੇ ਉਹ ਹੜਤਾਲ 'ਤੇ ਬੈਠ ਗਏ ਨੇ ਤਾਂ ਦੱਸਦੀਏ ਕਿ ਕਰਮਚਾਰੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਸ਼ਾਸਨ ਦੇ ਖਿਲਾਫ਼ ਆਪਣਾ ਗੁੱਸਾ ਇਜ਼ਹਾਰ ਕਰ ਰਹੇ ਨੇ ਤਾਂ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਕਰਮਚਾਰੀ ਨੇ ਉਹ ਹੜਤਾਲ 'ਤੇ ਬੈਠ ਚੁੱਕੇ ਨੇ ਤਾਂ ਦੱਸਦੀਏ ਕਿ ਉਹਨਾਂ ਦੀ ਮੰਗਾਂ ਨੂੰ ਲੈ ਕੇ ਜਿਹੜਾ ਹੈ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ ਉਹ ਅੱਜ ਵੀਰਵਾਰ ਤੋਂ ਜਿਹੜਾ ਹੈ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ 'ਤੇ ਬੈਠਣਗੇ ਤਾਂ ਆਪਣੇ ਜਿਹੜੇ ਐਲਾਨ ਕੀਤਾ ਗਿਆ ਸੀਗਾ ਕਿ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਉਹ ਪ੍ਰਦਰਸ਼ਨ ਹੁਣ ਸ਼ੁਰੂ ਹੋ ਚੁੱਕਿਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ PGI ਦੇ ਕਰਮਚਾਰੀ ਜਿਹੜੇ ਆਪਣੇ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਦੇ ਵਿੱਚ ਬੈਠੇ ਆ ਤਾਂ ਉਹਨਾਂ ਦੀ ਮੰਗਾਂ ਕਈ ਤਰੀਕੇ ਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਮੇਨ ਮੰਗ ਹੈਗੀ ਇੱਕ ਸਮਾਨ ਕੰਮ ਅਤੇ ਇੱਕ ਸਮਾਨ ਤਨਖਾਹ ਦੇ ਤਹਿਤ ਜਿਹੜਾ ਹੈ ਸਾਰੇ ਕਰਮਚਾਰੀਆਂ ਨੂੰ ਬੈਨੀਫਿਟ ਦਿੱਤਾ ਜਾਵੇ ਪਰ ਅੜੀਅਲ ਰਵੱਈਆ ਜਿਹੜਾ PGI ਦਾ ਹੈ ਉਹ ਕਹਿ ਰਹੇ ਨੇ ਕਿ ਅੜੀਅਲ ਰਵੱਈਏ ਦੇ ਕਾਰਨ ਸਾਡੀਆਂ ਮੰਗਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ ਜਾ ਰਿਹਾ ਤਾਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤਾਂ ਦੱਸ ਦਿੰਦੇ ਹਾਂ ਤੁਹਾਨੂੰ ਕਿ ਪੈਂਡਿੰਗ ਮੰਗਾਂ ਨੂੰ ਲੈ ਕੇ PGI ਦੇ ਕਰਮਚਾਰੀ PGI ਪ੍ਰਸ਼ਾਸਨ ਦੇ ਖਿਲਾਫ਼ ਪ੍ਰਦਰਸ਼ਨ ਦੇ ਵਿੱਚ ਜੁਟੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਹੁਣ ਦੇਖਣਾ ਹੋਏਗਾ ਕਦੋਂ ਤੱਕ ਇਹ ਪ੍ਰਦਰਸ਼ਨ ਚੱਲਦਾ ਜਾ ਚੰਡੀਗੜ੍ਹ PGI ਦੇ ਕਰਮਚਾਰੀ ਜਿਹੜੇ ਧਰਨੇ 'ਤੇ ਬੈਠੇ ਨੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ PGI ਦੇ ਪ੍ਰਸ਼ਾਸਨ ਵੱਲੋਂ ਕੀ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਜਾਂ ਨਹੀਂ ਇਸ ਬਾਬਤ ਗੱਲਬਾਤ ਕਰਦੇ ਹਾਂ ਵਾਈਸ ਚੇਅਰਮੈਨ ਜਿਹੜੇ ਹੈਗੇ ਜੁਆਇੰਟ ਐਕਸ਼ਨ ਕਮੇਟੀ ਦੇ ਕਰਮਚਾਰੀਆਂ ਦੀ ਉਹਨਾਂ ਨਾਲ ਕੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ। ਮੈਂ ਗੋਪਾਲ ਸਿੰਘ ਜੁਆਇੰਟ ਐਕਸ਼ਨ ਕਮੇਟੀ ਦਾ ਸੀਨੀਅਰ ਵਾਈਸ ਚੇਅਰਮੈਨ ਹੂੰ ਜੀ। ਹਮਾਰੀ PGI ਮੈਂ ਕਾਫੀ ਲੰਬੇ ਸਮੇਂ ਸੇ ਜੋ ਹੈ ਹੜਤਾਲੇ ਚੱਲ ਰਹੀ ਬਾਤਚੀਤ ਹੋ ਰਹੀ ਹੈ ਲੇਕਿਨ PGI ਪ੍ਰਸ਼ਾਸਨ ਜੋ ਹੈ ਆਸ਼ਵਾਸਨ ਦਿੱਤਾ ਹੈ। ਹਮਾਰੀ ਜਨਵਰੀ 2024 ਮੇਂ ਵੀ ਹੜਤਾਲ ਕੀ ਗਈ ਸੀ ਵਰਕਰਾਂ ਨੇ ਤੋ ਡਾਇਰੈਕਟਰ ਡਾਕਟਰ ਵਿਵੇਕ ਲਾਲ ਜੀ ਨੇ ਆ ਕੇ ਬਾਹਰ ਆ ਕੇ ਕਿਹਾ ਸੀਗਾ ਕਿ 7 ਫਰਵਰੀ ਕੋ ਜੋ ਹੈ ਆਪਕੋ ਬੇਸਿਕ ਪਲਾਈ ਡੀ ਏ ਕੇ ਦਰਜ ਜੋ ਹੈ ਪੇਮੈਂਟ ਦੀ ਜਾਏਗੀ ਲੇਕਿਨ ਫਿਰ ਵੀ ਇਹਨਾਂ ਨੇ ਆਨਾਕਾਨੀ ਕੀ ਹੈ ਔਰ 11 ਜੂਨ ਕੋ ਫਿਰ ਹਮਾਰੀ ਹੜਤਾਲ ਹੋਈ ਹੈ 11 ਜੂਨ ਕੋ ਫਿਰ ਹਮਾਰੀ PGI ਪ੍ਰਸ਼ਾਸਨ ਸਾਹਿਬ ਮੀਟਿੰਗ ਹੋਈ ਹੈ DDN ਨੇ ਜੋ ਹੈ 30 ਜੂਨ ਤੱਕ ਜੋ ਹੈ ਕਿ ਸਭ ਕਾ ਜੋ ਹੈ ਕਲੀਅਰ ਕਰ ਦਿਆ ਜਾਏਗਾ ਬੇਸਿਕ ਪਲਾਈ ਡੀ ਏ ਜੋ ਹੈ ਕਲੀਅਰ ਕੀਆ ਜਾਏਗਾ ਤੋ 30 ਜੂਨ ਵੀ ਹੋਗੀ ਉਸਕੇ ਬਾਅਦ ਜੋ ਹੈ ਵਰਕਰ ਜੋ ਹੈ ਇੰਤਜ਼ਾਰ ਮੇਂ ਬੈਠੇ ਕਿ PGI ਪ੍ਰਸ਼ਾਸਨ ਕਬ ਵਰਕਰ ਕੀ ਡਿਮਾਂਡ ਪੂਰੀ ਕਰ ਰਿਹਾ ਹੈ PGI ਪ੍ਰਸ਼ਾਸਨ ਜੋ ਹੈ ਆਨਾਕਾਨੀ ਕਰ ਰਿਹਾ ਹੈ PGI ਪ੍ਰਸ਼ਾਸਨ ਤਾਨਾਸ਼ਾਹੀ ਨੀਤੀ ਅਪਣਾ ਰਿਹਾ ਹੈ। ਹਮਾਰਾ ਜੋ ਕੇਸ ਸੈਂਟਰ ਐਡਵਾਈਜ਼ਰ ਕਮੇਟੀ ਨੇ ਵੀ PGI ਕੋ ਕਈ ਵਾਰ ਕਿਹਾ ਕਿ ਜੋ ਵਰਕਰੋਂ ਕੀ ਡਿਮਾਂਡ ਹੈ ਉਹ ਪੂਰੀ ਕੀ ਜਾਏ ਇਨਕੋ ਰੈਗੂਲੇਸ਼ਨ ਕੀਆ ਜਾਏ ਬੇਸਿਕ ਪਲਸ ਦੀਆ ਜਾਏ ਕੁਛ ਵਰਕਰੋਂ ਇਹਨਾਂ ਨੇ ਏਰੀਅਲ ਵੀ ਦੇ ਦਿਆ ਬੇਸਿਕ ਪਲਸ ਡੀਏ ਕਾ ਹੁਣ ਇਹ DCA ਰੇਟ ਕੇ ਆਧਾਰ ਪੇ ਜੋ ਹੈ ਪੇਮੈਂਟ ਨਹੀਂ ਦੇਣਾ ਚਾਹਤੇ ਹੈ ਔਰ ਜੋ ਇਹ ਹੜਤਾਲ ਹੈ ਇਹ ਵਰਕਰੋਂ ਕੇ ਨਹੀਂ ਹੈ PGI ਨੇ ਮਜਬੂਰ ਕੀਆ ਹੈ ਇਹ
ज्वाइंट एक्शन कमेटी को और वर्करों को मजबूर किया है हड़ताल करने के लिए। जो मरीजों को परेशानी हो रही है वो पीजीए प्रशासन की वजह से हो रही है। हमारी पीजीए से यही अपील है कि जो हमारी डिमांड है उसको पूरा किया जाए और अपनी जो संस्थान की जो मरीजों को परेशानी हो रही है उसको सुचारू रूप से चालू किया जाए। हमारी डिमांड है कि हमारे को जो पेमेंट है बेसिक प्राइस डीए के आधार पर जो है दी जाए। हमारी यही रिक्वेस्ट है कि वर्करों को परेशानी में हम ना डालें, मरीजों को परेशानी में ना डालें। जो तानाशाही नीति अपना रहे हैं पीजीए प्रशासन, वो समझौते पे आए और वर्करों को जो बेसिक प्राइस डीए जो है दिया जाए।